ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਨਾਨੀ ਦਾ ਟੇਸਟੀ ਖਾਣਾ ਚੈਨਲ 'ਤੇ ਅੱਜ ਆਪਾਂ ਲੈ ਕੇ ਆਏ ਹਾਂ ਆਲੂ ਅਤੇ ਪੂਰੀ ਦੀ ਰੈਸਪੀ। ਪਹਿਲਾਂ ਆਪਾਂ ਬਣਾਵਾਂਗੇ ਤਰੀ ਵਾਲੇ ਆਲੂ ਅਤੇ ਫਿਰ ਬਣਾਵਾਂਗੇ ਪੂਰੀ। ਇਹਦੇ ਲਈ ਮੈਂ 6 ਆਲੂ ਲੈ ਕੇ ਚੰਗੀ ਤਰ੍ਹਾਂ ਧੋ ਲਏ ਨੇ, ਫਿਰ ਮੈਂ ਇੱਕ ਕੁੱਕਰ ਲਿਆ ਉਹਦੇ ਵਿੱਚ 6 ਦੇ 6 ਆਲੂ ਸ਼ਿਫਟ ਕਰ ਦਿੱਤੇ ਨੇ ਅਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਐਡ ਕਰਾਂਗੇ ਪਾਣੀ। ਜਦੋਂ ਵੀ ਆਲੂ ਨੂੰ ਬੋਇਲ ਕਰਨਾ ਹਮੇਸ਼ਾ ਆਲੂ ਨੂੰ ਪਹਿਲਾਂ ਵਾਸ਼ ਕਰ ਲੈਣਾ ਚਾਹੀਦਾ ਅਤੇ ਪਾਣੀ ਪਾਉਂਦੇ ਸਮੇਂ ਇੰਨਾ ਧਿਆਨ ਰੱਖੋ ਕਿ ਸਾਰੇ ਆਲੂ ਜਿਹੜੇ ਹੈਗੇ ਪਾਣੀ ਦੇ ਵਿੱਚ ਚੰਗੀ ਤਰ੍ਹਾਂ ਡੁੱਬ ਜਾਣ ਅਤੇ ਫਿਰ ਤੁਸੀਂ ਇਹਦਾ ਚੰਗੀ ਤਰ੍ਹਾਂ ਲਿਡ ਲਗਾ ਕੇ ਇਹਨੂੰ ਹਾਈ ਫਲੇਮ ਗੈਸ ਦੇ ਉੱਤੇ ਬੋਇਲ ਕਰਨ ਲਈ ਰੱਖ ਦੇਣਾ, ਕਿਉਂਕਿ ਇਹ ਮੀਡੀਅਮ ਸਾਈਜ਼ ਦੇ ਪਟੈਟੋ ਨੇ, ਆਲੂ ਨੇ, ਇਸ ਕਰਕੇ ਆਪਾਂ ਇਹਨੂੰ 2 ਤੋਂ 3 ਜਿਹੜੀ ਵਿਸਲ ਆਪਾਂ ਲੱਗਣ ਦੇਵਾਂਗੇ। ਵੱਡੇ ਆਲੂ ਆ ਤਾਂ 1 ਅੱਧੀ ਵਿਸਲ ਵੱਧ ਲਗਾ ਲਓ ਅਤੇ ਜੇ ਜ਼ਿਆਦਾ ਛੋਟੇ ਆ ਤਾਂ 1 ਜਾਂ 2 ਵਿਸਲ 'ਚ ਵਧੀਆ ਆਲੂ ਬੋਇਲ ਹੋ ਜਾਂਦੇ ਆ। ਹੁਣ ਆਪਾਂ ਕੀ ਕਰਨਾ, ਇੱਧਰ 4 ਮੈਂ ਟਮਾਟਰ ਲਏ ਨੇ ਅਤੇ ਟਮਾਟਰਾਂ ਨੂੰ ਬਰੀਕ ਬਰੀਕ ਲੰਮਾ ਲੰਮਾ ਪੀਸ ਲਿਆ, ਕਿਉਂਕਿ ਮੈਂ ਇਹਨੂੰ ਹੈਂਡ ਬਲੈਂਡਰ ਦੇ ਵਿੱਚ ਇਹਨੂੰ ਕਰਸ਼ ਕਰਕੇ ਬਲੈਂਡ ਕਰਾਂਗੀ। ਠੀਕ ਹੈ ਜੀ, ਤੁਸੀਂ ਇਹ ਚੀਜ਼ ਜਿਹੜੀ ਹੈਗੀ ਆ, ਤੁਸੀਂ ਬੇਸਿਕਲੀ ਆਪਾਂ ਟਮਾਟੋ ਦੀ ਜਿਹੜੀ ਹੈਗੀ ਆ ਪਿਊਰੀ ਬਣਾਉਣੀ ਹੈ, ਚਾਹੇ ਤੁਸੀਂ ਕਿਸੇ ਇਲੈਕਟ੍ਰੋਨਿਕ ਜਿਹੜਾ ਗ੍ਰੈਂਡਰ ਹੈਗਾ ਉਹਦੇ ਵਿੱਚ ਪੀਸ ਲਓ, ਚਾਹੇ ਕੁੰਡੇ ਘੋਟੇ 'ਚ ਪੀਸ ਲਓ, ਅਤੇ ਚਾਹੇ ਤੁਸੀਂ ਵੈਸੇ ਕਿਸੇ ਹੋਰ ਵੇ ਨਾਲ। ਸੋ ਮੈਂ ਸੋਚਿਆ ਚਲੋ ਇਹਦੇ ਵਿੱਚ ਆਪਾਂ ਕਰ ਲੈਂਦੇ ਹਾਂ, ਅਤੇ ਮੇਰੇ ਕੋਲ ਟਾਈਮ ਸੀਗਾ ਆਲੂ ਬੋਇਲ ਹੋਣ ਤੱਕ, ਸੋ ਇਹਦੇ ਵਿੱਚ ਮੈਂ ਇਹਨੂੰ ਵਧੀਆ ਤਰੀਕੇ ਨਾਲ ਕਰਸ਼ ਕਰ ਲੈਂਦੇ। ਹਮੇਸ਼ਾ ਇੱਕ ਗੱਲ ਯਾਦ ਰੱਖਿਆ ਕਰੋ, ਜਦੋਂ ਵੀ ਕੋਈ ਵੀ ਦਾਲ ਸਬਜ਼ੀ ਬਣਾਓ ਤਾਂ ਬਹੁਤ ਪੇਸ਼ੈਂਸ ਰੱਖ ਕੇ ਅਤੇ ਬਹੁਤ ਰੀਝ ਨਾਲ ਬਣਾਇਆ ਕਰੋ, ਕਿਉਂਕਿ ਬਣਾਉਣ ਵਾਲੇ ਦੀ ਜਿਹੜੀ ਨੀਅਤ ਆ ਉਹ ਵੀ ਮੈਟਰ ਕਰਦੀ ਹੈ। ਤਾਂ ਹੀ ਲੰਗਰ ਵਗੈਰਾ 'ਚ ਜਦੋਂ ਆਪਾਂ ਪ੍ਰਸ਼ਾਦਾ ਪਾਣੀ ਛਕਦੇ ਹਾਂ ਉਹ ਘਰ ਨਾਲੋਂ ਜ਼ਿਆਦਾ ਸਵਾਦ ਹੁੰਦਾ। ਕਾਰਨ ਇਹ ਹੈ ਕਿ ਉਹਦੇ ਵਿੱਚ ਕਾਫੀ ਜ਼ਿਆਦਾ ਰੀਝ ਨਾਲ ਚੀਜ਼ ਬਣਾਈ ਗਈ ਹੁੰਦੀ ਆ। ਸੋ ਦੇਖੋ ਤੁਸੀਂ ਜਿਹੜੀ ਟਮੈਟੋ ਦੀ ਪਿਊਰੀ ਹੈਗੀ ਆ ਵਧੀਆ ਤਰੀਕੇ ਨਾਲ ਬਣ ਚੁੱਕੀ ਆ, ਕਰਸ਼ ਹੋ ਚੁੱਕਿਆ ਹੈ। ਸੋ ਇਹਨੂੰ ਆਪਾਂ ਯੂਜ਼ ਕਰਾਂਗੇ ਆਪਣੀ ਸਬਜ਼ੀ ਬਣਾਉਣ ਦੇ ਵਿੱਚ। ਆਪਾਂ ਇਹਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਪਿਆਜ਼ ਨਹੀਂ ਯੂਜ਼ ਕਰੋਗੇ, ਅਤੇ ਜੇ ਤੁਸੀਂ ਵਰਤਾਂ ਵਗੈਰਾ ਲਈ ਜਾਂ ਵੈਸੇ ਕਿਸੇ ਪੂਜਾ ਲਈ ਭੋਗ ਲਗਾਉਣ ਲਈ ਬਣਾ ਰਹੇ ਹੋ ਤਾਂ ਤੁਸੀਂ ਲਸਣ ਵੀ ਅਵੋਇਡ ਕਰਿਓ। ਸੋ ਇਹ ਬੇਸਿਕ ਜਿਹੇ ਮਸਾਲੇ ਨੇ ਜੋ ਆਪਾਂ ਆਲੂ ਪੂਰੀ ਦੇ ਵਿੱਚ ਪਾਵਾਂਗੇ। ਤੁਸੀਂ ਦੇਖ ਸਕਦੇ ਹੋ ਇਹਦੇ ਲਈ ਮੈਂ ਕੀ ਲਿਆਓ, ਜਿਵੇਂ ਜਿਵੇਂ ਮੈਂ ਮਸਾਲੇ ਪਾਵਾਂਗੀ ਉਵੇਂ ਮੈਂ ਤੁਹਾਨੂੰ ਦੱਸਦੀ ਰਹੂੰਗੀ। ਵੈਸੇ ਤੁਸੀਂ ਦੇਖ ਹੀ ਸਕਦੇ ਹੋ, ਨਮਕ, ਮਿਰਚ, ਹਲਦੀ, ਗਰਮ ਮਸਾਲਾ, ਚਾਟ ਮਸਾਲਾ, ਥੋੜ੍ਹਾ ਜਿਹਾ ਜਿਹੜਾ ਹੈਗਾ ਧਨੀਆ ਪਾਊਡਰ ਲਿਆ ਹੈ ਮੈਂ, ਠੀਕ ਹੈ ਜੀ, ਕਾਲੀ ਮਿਰਚ ਅਤੇ ਅਦਰਕ ਨੂੰ ਕਰਸ਼ ਕੀਤਾ ਹੋਇਆ ਮੈਂ, ਸੁੱਕੀਆਂ ਮਿਰਚਾਂ ਲਈਆਂ ਨੇ, ਤੇਜ ਪੱਤਾ ਲਿਆ ਹੈ, ਇਸ ਤੋਂ ਇਲਾਵਾ ਜੀਰਾ ਲਿਆ ਹੈ, ਸੋ ਸੁੱਕੀ ਮੇਥੀ ਲਈ ਹੈ। ਇਹਨਾਂ ਸਾਰੀਆਂ ਚੀਜ਼ਾਂ ਤੋਂ ਆਪਾਂ ਇਹ ਚੀਜ਼ ਦੀ ਸਬਜ਼ੀ ਬਣਾਵਾਂਗੇ। ਅਤੇ ਸੋ ਮੈਂ ਜਿਵੇਂ ਕਹਿ ਰਹੀ ਸੀ ਕਿ ਪਿਆਜ਼ ਦੇ ਨਾਲ ਨਾਲ ਤੁਸੀਂ ਲਸਣ ਨੂੰ ਵੀ ਅਵੋਇਡ ਕਰ ਸਕਦੇ ਹੋ ਅਗਰ ਤੁਸੀਂ ਕਿਸੇ ਪੂਜਾ ਵਗੈਰਾ ਲਈ ਬਣਾ ਰਹੇ ਹੋ, ਅਦਰਵਾਈਜ਼ ਜੇ ਤੁਸੀਂ ਵੈਸੇ ਘਰ ਖਾਣ ਲਈ ਬਣਾ ਰਹੇ ਹੋ ਤਾਂ ਤੁਸੀਂ ਜਿਹੜਾ ਹੈਗਾ ਲਸਣ ਇਹਦੇ ਵਿੱਚ ਇਸਤੇਮਾਲ ਕਰ ਸਕਦੇ ਹੋ। ਸੋ ਆਪਾਂ ਹੁਣ ਦੇਖਾਂਗੇ ਆਪਣੇ ਆਲੂ ਕਿਵੇਂ ਬਣ ਚੁੱਕੇ ਨੇ। ਪਾਣੀ ਰਿਡਿਊਸ ਹੋ ਚੁੱਕਿਆ ਬਿਕੋਜ਼ ਪਾਣੀ ਜਿਹੜਾ ਹੈਗਾ ਆਲੂਆਂ ਨੇ ਸੋਕ ਲਿਆ ਹੈ। ਸੋ ਆਲੂ ਨੂੰ ਮੈਂ ਕੱਢ ਲਿਆ ਹੈ, ਥੋੜ੍ਹਾ ਜਿਹਾ ਹਲਕਾ ਜਿਹਾ ਸਹਿੰਦਾ ਸਿੰਦਾ ਹੱਥ ਲੱਗਣ ਯੋਗ ਆਪਾਂ ਇਹਨੂੰ ਰੱਖ ਲਿਆ ਹੈ ਅਤੇ ਆਪਾਂ ਹੁਣ ਫੇਰ ਕੇ ਦੇਖਾਂਗੇ। ਦੇਖੋ ਸਪੂਨ ਦੀ ਹੈਲਪ ਦੇ ਨਾਲ ਬਹੁਤ ਵਧੀਆ ਈਜ਼ੀਲੀ ਜਿਹੜਾ ਹੈਗਾ ਆਲੂ ਨਿਕਲ ਗਿਆ ਹੈ। ਥੋੜ੍ਹਾ ਜਿਹਾ ਇਹਨੂੰ ਇੱਦਾਂ ਕਰਸ਼ ਕਰਕੇ ਦੇਖ ਲਓ, ਈਜ਼ੀਲੀ ਜਿੰਨਾ ਕੁ ਆਪਾਂ ਨੂੰ ਚਾਹੀਦੇ ਸੀ ਆਲੂ ਬੋਇਲ ਉਨੇ ਬਣ ਗਏ। ਨਾ ਇਹ ਬਾਹਲੇ ਆਪਾਂ ਨੂੰ ਪਲਪੀ ਜੇ ਚਾਹੀਦੇ ਅਤੇ ਨਾ ਆਪਾਂ ਨੂੰ ਕੱਚੇ ਚਾਹੀਦੇ ਸੀ। ਸੋ ਹੁਣ ਆਪਾਂ ਇਹਨਾਂ ਨੂੰ ਇੱਕ ਪਟੈਟੋ ਮੈਸ਼ਰ ਦੀ ਹੈਲਪ ਦੇ ਨਾਲ ਇਹਨੂੰ ਆਪਾਂ ਅੱਛੇ ਤਰੀਕੇ ਨਾਲ ਮੈਸ਼ ਕਰ ਲਾਂਗੇ। ਇਹਦੇ ਵਿੱਚ ਆਪਾਂ ਨੂੰ ਸਬਜ਼ੀ ਜਿਹੜੀ ਆਲੂ ਪੂਰੀ ਦੇ ਆਪਾਂ ਬਣਾਉਣੇ ਉਹ 'ਚ ਕਟਿੰਗ ਕਰਨ ਦੀ ਜ਼ਰੂਰਤ ਨਹੀਂ ਪੈਂਦੀ ਗੀ, ਪਾੜੀਆਂ ਨੂੰ ਇੱਦਾਂ ਹੀ ਤੁਸੀਂ ਬਣਾ ਸਕਦੇ ਹੋ। ਇੱਧਰ ਆਪਾਂ ਗੈਸ 'ਤੇ ਥੋੜ੍ਹਾ ਜਿਹਾ ਸਰ੍ਹੋਂ ਦਾ ਤੇਲ ਲੈ ਲਿਆ ਹੈ, ਤੁਸੀਂ ਚਾਹੋ ਦੇਸੀ ਘੀ 'ਚ ਵੀ ਬਣਾ ਸਕਦੇ ਹੋ। ਇਹਦੇ ਵਿੱਚ ਹੁਣ ਆਪਾਂ 1/2 ਚਮਚ ਜੀਰਾ ਅਤੇ 1/2 ਚਮਚ ਧਨੀਆ ਪਾ ਦਿੱਤਾ ਹੈ ਸੁੱਕਾ, ਨਾਲ ਹੀ 2 ਕੜੀ ਪੱਤਾ ਪਾ ਦਿੱਤੇ ਨੇ, 2 ਤੋਂ 3 ਤੁਸੀਂ ਇਹਦੇ ਵਿੱਚ ਸੁੱਕੀਆਂ ਲਾਲ ਮਿਰਚਾਂ ਪਾ ਸਕਦੇ ਹੋ ਅਤੇ ਫਿਰ ਇਹਦੇ ਵਿੱਚ ਲਸਣ ਪਾ ਦੇਣਾ। ਇਹਨਾਂ ਨੂੰ ਅੱਛੇ ਤਰੀਕੇ ਨਾਲ ਆਪਾਂ ਚਟਕਣ ਦੇਵਾਂਗੇ, ਇਹਦੇ ਫਲੇਵਰ ਰਿਲੀਜ਼ ਹੋਣ ਦਿਓ। ਇਹ ਜਿਹੜੀ ਸਬਜ਼ੀ ਆ ਬਹੁਤ ਹੀ ਹਾਈ ਰਿਚ ਫਲੇਵਰ ਵਾਲੀ ਬਣੇਗੀ, ਟੇਸਟੀ ਬਹੁਤ ਬਣਦੀ ਆ ਅਤੇ ਬਹੁਤਾ ਤਾਮ ਝਾਮ ਵੀ ਨਹੀਂ ਹੈਗਾ। ਇਹ ਬੇਸਿਕ ਮਸਾਲੇ ਤਾਂ ਆਪਣੇ ਘਰ ਦੇ ਵਿੱਚ ਵੈਸੇ ਹੀ ਹੁੰਦੇ ਨੇ। ਹੁਣ ਮੈਂ ਇਹਦੇ ਵਿੱਚ ਅਦਰਕ
ਅਤੇ ਕਾਲੀ ਮਿਰਚ ਜਿਹੜੀ ਮੈਂ ਕੁੱਟ ਕੇ ਰੱਖੀ ਸੀ ਉਹ ਵਿੱਚ ਪਾ ਦਿੱਤੀ ਹੈ। ਮੈਂ ਇਕੱਠਾ ਹੀ ਦੋਨਾਂ ਨੂੰ ਕੁੱਟ ਲਿਆ ਸੀ, 2 ਤੋਂ 3 ਕਾਲੀ ਮਿਰਚ ਲਈ ਸੀ, ਜਿਹੜਾ ਅਦਰਕ ਸੀ ਉਹ ਮੈਂ 1 ਇੰਚ ਦੇ ਕਰੀਬ ਲਿਆ ਸੀ, ਅਤੇ ਇਹ ਮੈਂ ਇਹਦੇ ਵਿੱਚ ਪਾਤੀ ਹੈ ਥੋੜ੍ਹੀ ਜਿਹੀ 1/4 ਹਿੰਗ। ਇਹਦੇ ਨਾਲ ਕੀ ਹੈ ਬਹੁਤ ਹੀ ਵਧੀਆ ਚਟਪਟਾ ਜਿਹਾ ਟੇਸਟ ਆਏਗਾ, ਕਿਉਂਕਿ ਆਲੂ ਪੂਰੀ ਥੋੜ੍ਹਾ ਜਿਹਾ ਓਇਲੀ ਹੋ ਜਾਂਦਾ ਜਿਵੇਂ ਪੂਰੀਆਂ ਆਪਾਂ ਤਲ ਲੈਂਦੇ ਹਾਂ, ਸੋ ਉਹਦੇ ਨਾਲ ਗੈਸ ਦੀ ਪ੍ਰੋਬਲਮ ਨਾ ਹੋਵੇ, ਆਪਾਂ ਨੂੰ ਡਾਈਜੈਸ਼ਨ ਵਧੀਆ ਰਹੇ, ਇਸ ਕਰਕੇ ਹਿੰਗ ਇਹਦੇ ਵਿੱਚ ਜ਼ਰੂਰ ਇਸਤੇਮਾਲ ਅਸੀਂ ਕਰਦੇ ਹਾਂ ਜਦੋਂ ਵੀ ਆਲੂ ਪੂਰੀ ਦੀ ਸਬਜ਼ੀ ਬਣਾਉਂਦੇ ਹਾਂ। ਸੋ ਉਸ ਤੋਂ ਬਾਅਦ ਤੁਸੀਂ ਨਮਕ ਪਾ ਦੇਣਾ ਅਕੋਰਡਿੰਗ ਟੂ ਟੇਸਟ, ਠੀਕ ਹੈ ਜੀ, ਅਤੇ ਅੱਛੇ ਤਰੀਕੇ ਨਾਲ ਇੱਦਾਂ ਇਹਨੂੰ ਮਿਕਸ ਕਰ ਲੈਣਾ। ਉਸ ਤੋਂ ਬਾਅਦ 1/1 ਜਿਹੜੇ ਬੇਸਿਕ ਮਸਾਲੇ ਹੁੰਦੇ ਆ, ਜਿਵੇਂ ਲਾਲ ਮਿਰਚ ਪਾ ਦਿੱਤੀ ਅਕੋਰਡਿੰਗ ਟੂ ਟੇਸਟ, 1/2 ਚਮਚ ਤੁਸੀਂ ਇਹਦੇ ਵਿੱਚ ਕਿਚਨ ਕਿੰਗ ਮਸਾਲਾ ਪਾ ਦਿੱਤਾ ਹੈ, 1/2 ਤੋਂ ਥੋੜ੍ਹਾ ਘੱਟ ਚਮਚ ਆਪਾਂ ਇਹਦੇ ਵਿੱਚ ਹਲਦੀ ਪਾ ਲਈ ਹੈ, ਠੀਕ ਹੈ। ਇਹਨਾਂ ਸਾਰਿਆਂ ਨੂੰ ਆਪਾਂ ਇੱਦਾਂ ਮਿਕਸ ਹੋਣ ਦੇਵਾਂਗੇ ਅੱਛੇ ਤਰੀਕੇ ਦੇ ਨਾਲ, ਤਾਂ ਕਿ ਇਹ ਸਾਰੇ ਮਸਾਲੇ ਵੀ ਚੰਗੀ ਤਰ੍ਹਾਂ ਰਚ ਜਾਣ। ਅਤੇ ਹੁਣ ਆਪਾਂ ਜਿਹੜੀ ਟਮੈਟੋ ਦੀ ਪੇਸਟ ਬਣਾਈ ਸੀ ਉਹਨੂੰ ਇਹਦੇ ਵਿੱਚ ਸ਼ਿਫਟ ਕਰ ਦਾਂਗੇ। ਇਸ ਪੇਸਟ ਦੇ ਵਿੱਚ ਨਾਲੇ ਤਾਂ ਮਸਾਲੇ ਪੱਕ ਜਾਣਗੇ, ਨਾਲੇ ਟਮੈਟੋ ਆਪਣਾ ਪੱਕ ਜਾਏਗਾ। ਹੁਣ ਇੱਥੇ ਤੁਸੀਂ ਗੈਸ ਦੀ ਫਲੇਮ ਮੀਡੀਅਮ ਰੱਖਣੀ ਹੈ, ਅਤੇ ਸਹਿਜੇ ਸਹਿਜੇ ਇਹਨੂੰ ਇੱਦਾਂ ਲਗਾਤਾਰ ਹਿਲਾਉਂਦੇ ਹੋਏ ਪਕਾਉਣਾ ਹੈ, ਕਿਉਂਕਿ ਅਗਰ ਤੁਹਾਡਾ ਟਮੈਟੋ ਕੱਚਾ ਰਹਿ ਗਿਆ ਤਾਂ ਤੁਹਾਡੀ ਜਿਹੜੀ ਸਾਰੀ ਸਬਜ਼ੀ ਦੀ ਮਿਹਨਤ ਆ ਉਹ ਬੇਕਾਰ ਜਾਏਗੀ। ਕਦੇ ਵੀ ਕੋਈ ਵੀ ਦਾਲ ਸਬਜ਼ੀ ਬਣਾਓ, ਸੋ ਉਹਨੂੰ ਹੀ ਜਿਹੜੀ ਪਿਆਜ਼ ਦੀ ਚਾਹੇ ਪਿਊਰੀ ਹੋਵੇ ਚਾਹੇ ਟਮੈਟੋ ਦੀ ਹੋਵੇ, ਉਹਨੂੰ ਅੱਛੇ ਤਰੀਕੇ ਨਾਲ ਪੱਕਣ ਦਿਓ। ਥੋੜ੍ਹੀ ਦੇਰ ਪਕਾਉਣ ਤੋਂ ਬਾਅਦ ਇੱਦਾਂ ਤੁਸੀਂ ਥੋੜ੍ਹੀ ਦੇਰ ਨੂੰ ਸਿਮ ਕਰਕੇ ਵੀ ਰੱਖ ਸਕਦੇ ਹੋ ਤਾਂ ਕਿ ਚੰਗੀ ਤਰ੍ਹਾਂ ਪੱਕ ਜੇ। ਜਦੋਂ ਕੋਈ ਵੀ ਮਸਾਲਾ ਇੱਦਾਂ ਓਇਲ ਸੈਪਰੇਟ ਕਰਦੇ ਤਾਂ ਸਮਝ ਲਿਆ ਕਰੋ ਕਿ ਉਹ ਜਿਹੜਾ ਚੀਜ਼ ਹੈਗੀ ਉਹ ਅੱਛੇ ਤਰੀਕੇ ਨਾਲ ਪੱਕ ਗਈ ਆ, ਪੱਕਣ ਤੋਂ ਬਾਅਦ ਉਹ ਆਪਦਾ ਜਿਹੜਾ ਓਇਲ ਆ ਉਹ ਰਿਲੀਜ਼ ਕਰ ਦਿੰਦਾ, ਠੀਕ ਹੈ ਜੀ। ਸੋ ਇੱਦਾਂ ਅੱਛੇ ਤਰੀਕੇ ਨਾਲ ਆਪਾਂ ਇਹਨੂੰ ਦੁਬਾਰਾ ਇੱਕ ਵਾਰ ਫਿਰ ਮਿਕਸ ਕਰਾਂਗੇ ਜਿਹੜਾ ਓਇਲ ਰਿਲੀਜ਼ ਹੋਇਆ ਵਿਆ। ਅਤੇ ਹੁਣ ਆਪਾਂ ਦੇਖਾਂਗੇ ਇਹਦੇ ਵਿੱਚ ਕੀ ਕਰਨਾ। ਮੈਂ ਇਹਨੂੰ ਥੋੜ੍ਹੀ ਦੇਰ ਖੁੱਲ੍ਹਾ ਵੀ ਪਕਾਇਆ ਸੀ ਕਿਉਂਕਿ ਮੈਨੂੰ ਹਲਕਾ ਜਿਹਾ ਲੱਗਿਆ ਕਿ ਥੋੜ੍ਹੀ ਜਿਹੀ ਕਮੀ ਪੇਸ਼ੀ ਹਲੇ ਹੈਗੀ ਆ, ਸੋ ਖੁੱਲ੍ਹਾ ਭਾਂਡਾ ਰੱਖ ਕੇ ਵੀ ਮੈਂ ਇਹਨੂੰ ਪਕਾ ਲਿਆ। ਅਤੇ ਹੁਣ ਆਪਾਂ ਇਹਦੇ ਵਿੱਚ ਜਿਹੜੇ ਪਟੈਟੋ ਮੈਸ਼ ਕੀਤੇ ਸੀ ਉਹ ਪਾਵਾਂਗੇ ਚੰਗੀ ਤਰ੍ਹਾਂ ਇੱਦਾਂ ਮਿਕਸ ਕਰਨ ਤੋਂ ਬਾਅਦ, ਅਤੇ ਪਟੈਟੋ ਨੂੰ ਮਿਕਸ ਕਰਕੇ ਵਿੱਚ ਪਾ ਕੇ ਅੱਛੇ ਤਰੀਕੇ ਨਾਲ ਮਿਕਸ ਕਰਾਂਗੇ। ਦੈਨ ਫਿਰ ਆਪਾਂ ਇਹਦੇ ਵਿੱਚ ਹੋਰ 1 ਆਈਟਮ ਐਡ ਕਰਾਂਗੇ, ਠੀਕ ਹੈ ਜੀ। ਸੋ ਪਟੈਟੋ ਸਾਰੇ ਜਿਹੜੇ ਮੈਸ਼ ਕੀਤੇ ਹੋਏ ਸੀ ਰੂਮ ਟੈਂਪਰੇਚਰ 'ਤੇ ਠੰਡੇ ਹੋ ਚੁੱਕੇ ਸੀ, ਗਰਮ ਵੀ ਹੋਣ ਤਾਂ ਵੀ ਕੋਈ ਫਰਕ ਨਹੀਂ ਪੈਂਦਾ। ਸੋ ਇੱਦਾਂ ਤੁਸੀਂ ਇਹਨੂੰ ਅੱਛੇ ਤਰੀਕੇ ਨਾਲ ਮਿਕਸ ਕਰ ਲੈਣਾ ਜੀ। ਮੈਂ ਲੱਕੜ ਦੀ ਜਿਹੜੀ ਲੈਡਰ ਯੂਜ਼ ਕਰ ਰਹੀ ਹਾਂ, ਪਲਟਾ ਯੂਜ਼ ਕਰ ਰਹੀ ਹਾਂ ਤਾਂ ਕਿ ਜਿਹੜਾ ਆ ਖਾਣਾ ਬਹੁਤ ਜ਼ਿਆਦਾ ਟੇਸਟੀ ਬਣੇ। ਅਤੇ ਹੁਣ ਆਪਾਂ ਇਹਦੇ 'ਚ ਥੋੜ੍ਹਾ ਜਿਹਾ ਵਾਰਮ ਵਾਟਰ ਪਾ ਦਿੱਤਾ, ਤੁਸੀਂ ਚਾਹੋ ਗਰਮ ਪਾਣੀ ਪਾ ਸਕਦੇ ਜੇ ਜ਼ਿਆਦਾ ਜਲਦੀ ਆ। ਕੋਸ਼ਿਸ਼ ਕਰਿਆ ਕਰੋ ਕਿ ਦਾਲ ਸਬਜ਼ੀ ਜਦੋਂ ਤੁਸੀਂ ਬਣਾਉਂਦੇ ਹੋ 1 ਟਿੱਪ ਇਹ ਵੀ ਹੈ, ਇਹਦੇ 'ਚ ਜਿਹੜਾ ਪਾਣੀ ਐਡ ਕਰਨਾ ਉਹ ਨਿੱਘਾ ਜਾਂ ਗਰਮ ਐਡ ਕਰਿਆ ਕਰੋ, ਠੀਕ ਹੈ ਜੀ। ਜ਼ਿਆਦਾ ਜਲਦੀ ਰਿਸ਼ਤੇਦਾਰ ਆਏ ਗਏ ਤਾਂ ਗਰਮ ਪਾਣੀ ਪਾ ਲਿਆ ਕਰੋ। ਅਤੇ ਪਾਣੀ ਪਾਉਣ ਤੋਂ ਬਾਅਦ ਸੁੱਕੀ ਮੇਥੀ ਥੋੜ੍ਹੀ ਜਿਹੀ ਪਾ ਦਿਓ, ਇਹਨੂੰ ਅੱਛੇ ਤਰੀਕੇ ਨਾਲ ਮਿਕਸ ਕਰ ਲਓ। ਮਿਕਸ ਕਰਕੇ ਤੁਸੀਂ ਉੱਤੇ ਹੀ ਸੁੱਕਾ ਧਨੀਆ ਪਾਊਡਰ ਪਾ ਦੇਣਾ, ਧਨੀਆ ਥੋੜ੍ਹਾ ਜਿਹਾ ਆਪਾਂ ਪਹਿਲਾਂ ਪਾਇਆ ਸੀ, 1/2 ਚਮਚ ਤੁਸੀਂ ਬਾਅਦ ਵਿੱਚ ਪਾ ਲਓ। ਹਲਕਾ ਜਿਹਾ ਜਿਹੜਾ ਹੈਗਾ ਮਸਾਲਾ ਆਪਾਂ ਇਹਦੇ 'ਚ ਹੋਰ ਪਾਇਆ ਹੈ, ਉੱਤੋਂ ਦੀ ਰਿਚ ਫਲੇਵਰ ਦੇ ਉਹਨੇ ਗਰਮ ਮਸਾਲਾ, ਠੀਕ ਹੈ ਜੀ। ਮਿਕਸ ਕਰਕੇ ਤੁਸੀਂ ਚਾਹੋ ਤਾਂ ਇਹਨੂੰ ਖੁੱਲ੍ਹਾ ਥੋੜ੍ਹੀ ਦੇਰ ਇੱਦਾਂ ਹੀ ਪਕਾ ਲਓ, ਤੁਸੀਂ ਚਾਹੋ ਇਹਨੂੰ ਥੋੜ੍ਹੀ ਦੇਰ ਢੱਕ ਕੇ ਪਕਾ ਸਕਦੇ ਹੋ। ਸੋ ਲੈਡ ਕੇ ਜਿਹੜੇ ਪਟੈਟੋ ਹੈਗੇ ਆ ਉਹਦੀ ਗਰੇਵੀ ਅੱਛੇ ਤਰੀਕੇ ਨਾਲ ਰੈਡੀ ਹੋ ਜੇ, ਸਾਰੇ ਮਸਾਲੇ ਵਧੀਆ ਤਰੀਕੇ ਨਾਲ ਫਲੇਵਰ ਰਿਚ ਹੋ ਜਾਣ। ਦੇਖੋ ਹੁਣ ਪਾਣੀ ਜਿਹੜਾ ਸੀ ਢੱਕ ਕੇ ਪਕਾਇਆ ਸੀ ਤਾਂ ਉੱਤੇ ਝੱਗ ਬਣਨੀ ਸ਼ੁਰੂ ਹੋ ਗਈ, ਅਤੇ ਪਰ ਜਿਵੇਂ ਜਿਵੇਂ ਪੱਕੀ ਗਿਆ ਇਹ ਜਿਹੜੀ ਝੱਗ ਸੀਗੀ ਪਾਣੀ ਦੀ ਐਕਸਟਰਾ ਪਾਣੀ ਹੋਣ ਕਰਕੇ ਬਣ ਰਹੀ ਸੀ ਉਹ ਖਤਮ ਹੋ ਗਈ ਆ, ਅਤੇ ਉੱਤੇ ਜਿਹੜੀਆਂ ਤਰੀਆਂ ਇੱਦਾਂ ਆ ਗਈਆਂ ਨੇ, ਆਲਮੋਸਟ ਆਪਣੀ ਸਬਜ਼ੀ ਤਿਆਰ ਆ। ਜਦੋਂ ਹਲਕਾ
ਸਬਜ਼ੀ ਠੰਡੀ ਹੋ ਜਾਏ ਇਹਨੂੰ ਕਟੋਰੀ 'ਚ ਪਾ ਕੇ ਤੁਸੀਂ ਸਰਵ ਕਰ ਸਕਦੇ ਹੋ। ਹੁਣ ਵਾਰੀ ਆਉਂਦੀ ਆਪਣੀ ਪੂਰੀਆਂ ਬਣਾਉਣ ਦੀ। ਪੂਰੀਆਂ ਲਈ ਇੱਕ ਲੋਹੇ ਦੀ ਕੜਾਹੀ ਲਈ ਹੈ ਅਸੀਂ, ਗਰਮ ਕਰ ਲਿਆ ਹੈ ਇਹਦੇ ਵਿੱਚ ਆਪਾਂ ਸਰੋਂ ਦਾ ਤੇਲ। ਤੁਸੀਂ ਇਹਨੂੰ ਰਿਫਾਇੰਡ 'ਚ ਵੀ ਬਣਾ ਸਕਦੇ ਹੋ, ਥੋੜ੍ਹੀ ਜਿਹੀ ਪੂਰੀ ਜੇ ਜ਼ਿਆਦਾ ਵਧੀਆ ਬਣਾਉਣੀ ਹੈ ਤਾਂ। ਸਰੋਂ ਦਾ ਤੇਲ ਇਹ ਹੈ ਕਿ ਹੈਲਥ ਪੱਖੋਂ ਦੇਖੀਏ ਤਾਂ ਸਰੋਂ ਦਾ ਤੇਲ ਬੈਸਟ ਆ। ਕਰੜਾ ਆਟਾ ਇਹਦਾ ਆਪਾਂ ਗੁੰਨਿਆ, ਕੋਈ ਇਹਦੇ 'ਚ ਮੈਦਾ ਨਹੀਂ ਪਾਇਆ ਆਪਾਂ, ਕੋਈ ਇਹਦੇ 'ਚ ਆਪਾਂ ਕੋਰਨ ਸਟਾਰਚ ਜਾਂ ਕਿਸੇ ਕਿਸਮ ਦਾ ਮਿੱਠਾ ਸੋਡਾ ਨਹੀਂ ਪਾਇਆ। ਨੋਰਮਲ ਆਟੇ ਦੀ ਮੋਇਨ ਬਣਾ ਕੇ ਆਪਾਂ ਪੂਰੀ ਵੇਲ ਲਈ ਹੈ, ਪਕਾ ਲਿਆ ਹੈ ਆਟਾ ਨੂੰ ਚੰਗੀ ਤਰੀਕੇ ਨਾਲ ਦੋਨਾਂ ਸਾਈਡਾਂ ਤੋਂ। ਦੇਖੋ ਕਿੰਨੀਆਂ ਸੋਹਣੀਆਂ ਕੁਰਕਰੀਆਂ ਪੂਰੀਆਂ ਬਣੀਆਂ ਨੇ। ਇਹਦੇ 'ਚ ਥੋੜ੍ਹੇ ਜਿਹੇ ਮਸਾਲੇ ਵੀ ਆਪਾਂ ਐਡ ਕੀਤੇ ਸੀ। ਡਿਟੇਲ ਇਹਦੀ ਅਗਰ ਤੁਸੀਂ ਵੀਡੀਓ ਲੈਣਾ ਚਾਹੁੰਦੇ ਹੋ ਤਾਂ ਨਾਨੀ ਦਾ ਟੇਸਟੀ ਖਾਣਾ ਚੈਨਲ ਨੂੰ ਜਲਦੀ ਨਾਲ ਸਬਸਕ੍ਰਾਈਬ ਕਰ ਲਓ, ਕਿਉਂਕਿ ਇਹਦੇ ਉੱਤੇ ਮੈਂ ਪੂਰੀਆਂ ਦੀ ਡਿਟੇਲ ਵੀਡੀਓ ਪਾਈ ਵੀ ਹੈ, ਕਿਵੇਂ ਆਟਾ ਗੁੰਨਣਾ, ਕਿਵੇਂ ਇਹਨੂੰ ਸਾਰੀ ਚੀਜ਼ ਨੂੰ ਵਿੱਚ ਪਾਉਣਾ ਹੈਗਾ। ਸੋ ਦੋ ਤਰ੍ਹਾਂ ਦੀ ਅੱਜ ਮੈਂ ਪੂਰੀ ਬਣਾਈ ਸੀ। ਆਹ ਮੈਂ ਸੁੱਕਾ ਪੇਠਾ ਬਣਾਇਆ ਸੀ ਚਟਪਟਾ, ਇਹਦੀ ਰੈਸਪੀ ਵੀ ਆਪਣੇ ਚੈਨਲ 'ਤੇ ਪਈ ਹੈ।